ਹੈ ਜਿਨ੍ਹਾਂ ਨੇ ਹੁਸਨ ਵੇਖ ਕੇ ਇਸ਼ਕ ਕੀਤਾ ਹੈ। ਆ ਹੁਣ ਮੈਂ ਉਸ ਆਸ਼ਿਕ ਦਾ ਜਲਦੀ ਜਲਦੀ ਜ਼ਿਕਰ ਸੁਣਾਵਾਂ ਜਿਹਨੇ ਅਨ ਡਿੱਠਾ ਹੀ ਕੀਤਾ। ਤੇ ਜਾਗਦੇ ਉੱਤੇ ਬੋਲੋ ਸੁਭਾਨ ਅੱਲਾਹ। ਲੈ ਚੱਲਾਂ ਫਿਰ ਮਦੀਨੇ। ਆ ਹਵਾ ਦੇ ਜ਼ਰੀਏ ਪੈਗਾਮ ਪਹੁੰਚਾਉ ਨਾ ਕਿ ਕਮਲੀ ਵਾਲਿਆ ਸੀ ਅਜੇ ਥੱਕੇ ਨਹੀਂ, ਬਸ ਤੇਰੀਆਂ ਉਡੀਕਾਂ ਲਾ ਕੇ ਬੈਠੇ ਹੋਇਆ। ਅੱਲਾਹ ਅਕਬਰ। ਮੈਂ ਯਾਸਿਫ ਜਦੋਂ ਹਜ਼ੂਰ ਹਿਜਰਤ ਕਰਕੇ ਮਦੀਨਾ ਸ਼ਰੀਫ ਆਇਆ ਨਾ ਤੇ ਇੱਕ ਦਿਨ ਅਸਰ ਦੀ ਨਮਾਜ਼ ਪੜ੍ਹ ਕੇ ਮੇਰੇ ਨਬੀ ਫਰਮਾਇਆ ਆਓ ਮਦੀਨਾ ਦੀ ਸੈਰ ਕਰਕੇ ਆਈ। ਮਦੀਨਾ ਤੇ ਜਬਾਦ ਦੇ ਬਾਹਰ ਆ ਕੇ ਨਬੀ ਪਾਕ ਮਸ਼ਰਕ ਵੱਲ ਚਿਹਰਾ ਨਵਰ ਕੀਤਾ, ਕਮੀਜ਼ ਦੇ ਬਟਨ ਖੋਲੇ, ਸੀਨੇ ਤੋਂ ਕਪੜਾ ਹਟਾਇਆ, ਲੰਬੇ ਸਾਹ ਮੇਰੇ ਨਬੀ ਦਾ। ਸਹਾਬਾ ਵੇਖਦੇ ਨੇ, ਅਗਲੇ ਦਿਨ ਅਸਰ ਦੀ ਨਮਾਜ਼ ਪੜ੍ਹ ਕੇ ਸਹਾਬਾ ਨੂੰ ਲੈ ਕੇ ਫਿਰ ਉਸ ਮੁਕਾਮ ਤੇ ਲੰਬੇ ਲੰਬੇ ਸਾਹ ਮੇਰੇ ਨਬੀ ਲੈ ਰਹੇ। ਤੀਸਰੇ ਦਿਨ ਫਿਰ ਉਸ ਮੁਕਾਮ ਤੇ ਲੰਬੇ ਲੰਬੇ ਸਾਹ ਲੈ ਰਹੇ। ਤੀਸਰੇ ਦਿਨ ਨਾ ਰਿਆ ਗਿਆ ਤੇ ਹਜ਼ਰਤ ਉਮਰ ਫਾਰੂਕ ਨੇ ਅਰਜ਼ ਕੀਤੀ, ਕਮਲੀ ਵਾਲਿਆ ਇੱਧਰ ਖੇਡੇ। ਹਜ਼ੂਰ ਨੇ ਫਰਮਾਇਆ ਇਨੀ ਲਅਜਦ ਨਫਸੁ ਰਹਿਮਾਨ ਮਿਨ ਕਿਬਲਿ ਯਮਨ। ਮੇਰੇ ਆਕਾ ਫਰਮਾਇਆ ਇੱਧਰ ਮਸ਼ਰਕੇ ਮਸ਼ਰਕ ਚ ਯਮਨ ਦਾ ਸ਼ਹਿਰ ਹੈ ਤੇ ਯਮਨ ਦੇ ਸ਼ਹਿਰ ਚ ਇੱਕ ਮੁਹੰਮਦ ਦਾ ਦੀਵਾਨਾ ਵਸਦਾ ਹੈ। ਇੱਥੇ ਆ ਕੇ ਖਲੋਵਾਂ ਤੇ ਮੈਨੂੰ ਰਹਿਮਾਨ ਦੀ ਖੁਸ਼ਬੂ ਆਉਂਦੀ ਹੈ, ਆਸਾਨ ਕਰਾਂ ਤੇ ਫਰਮਾਇਆ ਇੱਥੇ ਆ ਕੇ ਖਲੋਵਾਂ ਮੈਨੂੰ ਆਸ਼ਿਕ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ। ਖਿਆਲ ਆਇਆ ਕਮਲੀ ਵਾਲੇ ਤੇਰੇ ਪਿੱਛੇ ਪੁੱਤਰ ਤੇ ਅਸਾਂ ਕੁਰਬਾਨ ਕਰ ਛੱਡੇ, ਤਨ ਮਨ ਧਨ ਦੀਆਂ ਬਾਦੀਆਂ ਅਸਾਂ ਲਗਾਈਆਂ, ਉਹ ਕਿਹੜਾ ਜਿਹੜਾ ਕਦੇ ਆਇਆ ਵੀ ਨਹੀਂ ਤੇ ਪਿਆਰ ਕਰੀ ਜਾ ਰਹੇ ਹੋ। ਅਰਜ਼ ਕੀਤੀ ਯਾ ਰਸੂਲ ਅੱਲਾ ਕੌਣ ਹੈ? ਸਾਰੇ ਜਿਸਮ ਤੇ ਸ਼ਿਫਾ ਆਏ, ਇੱਕ ਹੱਥ ਤੇ ਬਿਰਮ ਦੇ ਬਰਾਬਰ ਨਿਸ਼ਾਨ ਰਹਿ ਗਿਆ। ਅੱਜ ਕੀ ਦੀ ਕਮਲੀ ਵਾਲਿਆ ਹੋਰ ਨਿਸ਼ਾਨੀ ਕੀ ਹੈ? ਫਰਮਾ ਦੁਨੀਆਂ ਦੀਆਂ ਗਲੀਆਂ ਚੋਂ ਜਾਣਦਾ ਕੋਈ ਨਹੀਂ, ਆਸਮਾਨ ਦੀਆਂ ਗਲੀਆਂ ਵਿੱਚ ਫਰਿਸ਼ਤੇ ਗੱਲਾਂ ਹੀ ਉਹਦੀਆਂ ਕਰਦੇ ਨੇ। ਅੱਜ ਕੀ ਦੀ ਕਮਲੀ ਵਾਲਿਆ ਏਡਾ ਆਸ਼ਿਕ ਮਦੀਨੇ ਆਉਂਦਾ ਕਿਉਂ ਨਹੀਂ? ਫਰਮਾ ਦੀ ਮਾਂ ਵੱਡੇ ਦੀ ਬਿਮਾਰ ਨਬੀ ਸਰਾਣੇ ਚ ਸਿਰ ਦੇ ਕੇ ਰੋ ਕੇ ਕਹਿੰਦੇ ਨੇ ਕੋਈ ਉਂਝ ਬੁਲਾਵੇ ਜਿਵੇਂ ਅੰਮੀ ਬੁਲਾਉਂਦੀ ਸੀ। ਮੈਂ ਹਮੇਸ਼ਾ ਗੱਲ ਸੁਣਾ ਨਾ, ਮੈਨੂੰ ਪਤਾ ਇਹਨਾਂ ਮੈਨੂੰ ਕਿਉਂ ਬੰਨ ਦਿੱਤਾ। ਸਿਆਲਕੋਟ ਦੇ ਇੱਕ ਬਹੁਤ ਬੜੇ ਖਤੀਬ ਸਨ ਹਜ਼ਰਤ ਅਲਾਮਾ ਮੌਲਾਨਾ ਮੁਹੰਮਦ ਯੂਸੁਫ ਸਿਆਲਕੋਟੀ ਰਹਿਮਤੁਲਾਹ ਅਲੈਹ, ਬਹੁਤ ਬੜੇ ਖਤੀਬ। ਆਪਣੀਆਂ ਤਕਰੀਰਾਂ 'ਚ ਫਰਮਾਉਂਦੇ ਹੁੰਦੇ ਸਨ, ਜਦੋਂ ਮੈਂ ਜਲਸੇ 'ਤੇ ਤਕਰੀਰ ਕਰਨ ਜਾਵਾਂ ਤੇ ਲੋਕ ਇਸ਼ਤਿਹਾਰਾਂ 'ਤੇ ਮੇਰਾ ਨਾਮ ਲਿਖ ਦੇ, ਕੋ ਖਤੀਬੇ ਪਾਕਿਸਤਾਨ ਮੁਕਰਰ ਸ਼ੋਲਾ ਬਿਆ ਮੁਕਰਰ ਸ਼ੀਰ ਲਿਸਾਂ ਆਲਮ ਨਬੀਲ ਫਾਜ਼ਲ ਜਲੀਲ ਬੜੇ ਅਲਕਾਬ ਲਿਖਦੇ ਹਜ਼ਰਤ ਅਲਾਮਾ ਮੌਲਾਨਾ ਹਾਫਿਜ਼ ਕਾਰੀ ਮੁਫਤੀ ਮੁਹੰਮਦ ਯੂਸੁਫ ਸਿਆਲਕੋਟੀ, ਪਰ ਮੇਰੇ ਕਲੇਜੇ ਠੰਡ ਨਹੀਂ ਪੈਂਦੀ। ਪਰ ਜਦੋਂ ਅੱਧੀ ਰਾਤ ਵੇਲੇ ਜਲਸਾ ਮੁਕਾ ਕੇ ਘਰ ਜਾਵਾਂ ਤੇ ਮੇਰੇ ਜਵਾਨ ਪੁੱਤਰ ਸੁੱਤੇ ਹੁੰਦੇ ਤੇ ਮੇਰੀ ਵਡੇਰੀ ਜੀ ਮਾਂ ਜਾਗਦੀ ਹੁੰਦੀ। ਹੁਣ ਘਰ ਜਾਓਗੇ ਤੇ ਵੇਖੋ ਬਹੁਤੇ ਅੱਗੇ ਮਾਵਾਂ ਜਾਗਦੀਆਂ ਹੋਣਗੀਆਂ।
आ फरमाते होंगे सर मैं जाके जे दरवाजे ते हाथ रखना ना अंदरों मेरी मां की आवाज आती है जूस भाई आ गया तीन चीमा चट्ठा राजपूत राणा साहब चट साहब पट साहब कहने वाले जमाने च लखा भी हो पर जेड़ा तेनों पप्पू ते मिठू कह के मां बुलांदी है एक बार यो मां तुर गई फिर रोया करे होया चंद दिन पहले मेरे को एक बाबा जी बैठे थे मैं बाबा जी ने पूछा बाबा जी जिंदगी किवें दी गुजरी कह लगे हाफा जी गुरबत जी गुजर गई पर पुत्र जवान होए ते कोई यूरोप ते कोई अमरीका टुर गया ते रब ने बड़े करम कर छड़े कोठियां भी आ गईयां कारा भी आ गया लैंड करो ते ना मिल गईयां बड़े करम हो गए ते बड़े करम मैं कहा बाबा जी को जिंदगी दी हसरत कह लगे नहीं जी कोई नहीं अल्लाह दा बड़ा शुक्र है ते अख विच मोटे मोटे अथरू मैं कहा बाबा जी रोए क्यों हो कह लगे हाफा जी होर ते कोई तमन्ना नहीं पर कदे कदे दिल करदा कदे मां होवे ना कदे मां होवे ऐसी हसरत जड़ी 90 साल दे बाबे नु भी है ते 6 साल दे बच्चे नु भी कदे मां मैं ते जदों भी मां दा जिक्र छिड़िया मैं ते बुजुर्गां नु भी रोंदा ही वेख्या ते मैं ते बच्चियां नु भी रोंदा ही वेख्या पता नहीं इस मां नु रब ने केड़ी मिट्टी दे नाल बनाया मौलाना यूसुफ साहब सियालकोटी फरमांदे ने अद्धी रात वेले मां ने जूस पकाया ना कलेजे ठंड पै जाण मां दा इंतकाल होया ते आप गली च पे दीवार ना लाके रोंदे किसे आख्या मौलवी जी चुप कर जो चलो चली दा मेला मां वडेरी टुर गई रो के फरमाते मां ते जाना सी रोना ते इस गल्लों है जूस पा कौन आख्या करे कौन जूस पा के कौन मेरे कले च ठंड पा हमेशा गल से अच्छा बाला बाले तुसा हुन लेट जाना मैं सियालकोट जाना मेनू सियालकोट जाने सुबह 8 बजे जाना मैं रोजाना पाकिस्तान दे मुख्तलिफ शहर जो सफर करके घर आना ते मुख्तलिफ वक्त हुंदा कदे रात 4 बजे कदे 5 बजे कदे सुबह 10 बजे मैं घर पहुंचना धुंदा दी सर्दियां दी रात सी ਸ਼ਦੀਦ ਸਰਦੀ ਤੇ ਮੈਂ ਗਲੀ ਚ ਗੁਜ਼ਰਿਆ ਰੱਬੇ ਕਾਬਾ ਦੀ ਕਸਮ ਹੈ ਰਾਤ ਕੋ 3:30 ਵਜੇ ਦਾ ਟਾਈਮ ਹੋਵੇਗਾ ਕਮੋਬੇਸ਼ ਤੇ ਮਾਈ ਵਡੇਰੀ ਮੈਂ ਗਲੀ ਵਿੱਚ ਦਰਵਾਜ਼ੇ 'ਚ ਬੈਠੀ ਦੇਖੀ ਮੈਂ ਰੁਕ ਗਿਆ ਮੈਂ ਕਿਹਾ ਮਾਂ ਜੀ ਰਾਤ ਨੂੰ ਇਸ ਵੇਲੇ ਗਲੀ 'ਚ ਖੈਰ ਨਾ ਬੈਠੇ ਹੋ ਤੇ ਮਾਈ ਜਵਾਬ ਪਤਾ ਕੀ ਦਿੱਤਾ ਕਹਿ ਲਗੀ ਹਾਫਾ ਜੀ ਮੁੰਡਾ ਅਜੇ ਕੰਮ ਤੋਂ ਨਹੀਂ ਨਾ ਆਇਆ ਤੇ ਜਿਹੜੀ ਮਾਂ ਨੂੰ ਝਿੜਕਾ ਮਾਰਨਾ ਨਾ ਕਦੇ ਰਾਤ ਨੂੰ ਲੇਟ ਆਵੇ ਤੇ ਇਸ ਮਾਂ ਨੂੰ ਨੀਂਦ ਨਹੀਂ ਆਉਂਦੀ ਤੇਰੇ ਪਾਸ इस बाप नु तेरे बाज नींद ते सुकून नहीं आउंदा गर्म बिस्तरियां च भी सर्दियां दी रात जे तू लेट रात नु आवे इना ता दिल पता नहीं रब ने केड़ी मिट्टी दा बनाया होंदा औलाद ना फरमान भी होवे ते सोहनी लगदी है आरे गड़ी रहमतुल्लाह अलैह फरमांदे ने मावा वाले मावा दे चार पैर मदीने चार होंदे लग देने दौड़ता जावी दौड़ता जावी
ग्रामी कदर हजरत, मैं अगर पूरी तकरीर जड़िया फरमा रहे सुनावा बड़ा वक्त दरकार है। मैं लो जी कहते हैं सैयद हज़ारा पाक दी चार वसीयत, मैं दो मिनट च सुना देना बस। ये बिश्के रसूल ने जो सरकार ने विसाले पाक की तरह सहाबा दे दिल दी दुनिया उजड़ गई। नबी पाक तो बाद हजरत सैयद फातिमा तो ज़हरा छे महीने जिंदा रही, छे महीने लगातार रोंदियां रही। नौजवानों हजरत सैयद फातिमा तो ज़हरा रज़ी अल्लाह तआला अन्हा इतना बीमार हो गई, ना कुछ खादियां तो ना पीदियां। सलाम कह दे सैयदा भी
मां की रूह नू लैन आया। तू पुत्रा ने मां के कदम से ओट रखे तो सैयदा की रूह परवाज कर गई। ये मां मां वाले जद को दिले ते मिल जाए कुल खजाना ये सारा जग वीराना। आखिरी वेले भी सैयदा ने दुआ की थी, अल्लाह जे मेरी रातां दे जगराते कबूल ने ते मेरे बाबा दी उम्मत दे गुनाह माफ फरमा दे। अल्लाह ताला दी बारगाह च दुआ है, मेरी तुहाडी हाजरी कबूल। बस करो प्लीज, बस बस बस, मैं तुहानू प्यार कीता ना, हुण तुसीं भी करो।